ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਪਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਪਰਮ ਸਨਮਾਨਯੋਗ ਚਵਰ ਛਤਰ ਤਖ ਦੇ ਮਾਲਕ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸ਼ਬਦ ਗੁਰੂ ਅਵਤਾਰ ਤਖ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਮੁਕੱਦਸ ਚਰਣਾਂ 'ਚ ਸੁਭਾਏ ਮਾਨ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ ਜੋ ਨਿੱਤਾ ਪ੍ਰਤੀ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੋਸ਼ਲ ਮੀਡੀਆ ਰਾਹੀਂ ਅਤੇ ਪਾਵਨ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਆਸਾ ਜੀ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਮਨੁੱਖਾ ਜੀਵਨ ਦੀਆਂ ਅਮੁੱਲ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਹੁਣ ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ, ਜੋ ਵਿਚਾਰ ਅਧੀਨ ਆਪ ਜੀਆਂ ਨੇ ਪਾਵਨ ਸ਼ਬਦ ਸਰਵਣ ਕੀਤਾ। ਭਗਤ ਨਾਮਦੇਵ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਮੁਬਾਰਕ ਅੰਗ 485 'ਤੇ ਆਸਾ ਰਾਗ ਵਿੱਚ ਪਹਿਲਾ ਸ਼ਬਦ ਭਗਤ ਨਾਮ ਜੀ ਦਾ ਉਚਾਰਨ ਕੀਤਾ ਹੋਇਆ, ਜੋ ਭਗਤ ਨਾਮਦੇਵ ਜੀ ਇਸ ਸ਼ਬਦ ਰਾਹੀਂ ਸਾਨੂੰ ਉਪਦੇਸ਼ ਦ੍ਰਿੜ ਕਰਾ ਰਹੇ ਨੇ।
ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਹੀ ਮਨ ਦੇ ਫੁਰਨਿਆਂ ਦਾ ਸੰਕੋਚ ਕਰਕੇ, ਮਨ ਨੂੰ ਇਕਾਗਰ ਚਿੱਤ ਕਰਕੇ ਇੱਕੋ ਵਾਰੀ ਕਹਿਣ 'ਤੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਨੇ ਉਹ ਵਾਹਿਗੁਰੂ ਪਰਮਾਤਮਾ ਦੀ ਗੱਲ ਕੀਤੀ ਹੈ ਕਿ ਜਿਸ ਪਰਮਾਤਮਾ ਨੂੰ ਲੋਕ ਲੱਭਣ ਵਾਸਤੇ, ਪਰਮਾਤਮਾ ਨੂੰ ਪਾਉਣ ਵਾਸਤੇ ਕੋਈ ਜੰਗਲਾਂ ਵਿੱਚ ਭਟਕ ਰਹੇ ਹੈ, ਕੋਈ ਜਲ ਧਾਰੇ ਠੰਡੇ ਪਾਣੀ ਦੇ ਵਿੱਚ ਕਰ ਰਹੇ ਹੈ, ਕੋਈ ਧੂਣੀਆਂ ਤਪਾ ਕੇ ਬੈਠਾ ਹੋਇਆ, ਕੋਈ ਘਰ ਬਾਰ ਤਿਆਗ ਕੇ ਜੰਗਲਾਂ ਵਿੱਚ ਭਟਕ ਰਹੇ ਹੈ, ਅਤੇ ਭਗਤ ਨਾਮਦੇਵ ਜੀ ਨੇ ਇਹ ਮਨੁੱਖ ਮਾਤਰ ਨੂੰ ਸਮਝਾਉਣਾ ਕੀਤਾ ਕਿ ਭਲਿਆ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਇੱਕ ਹੋ ਕੇ ਵੀ ਸਾਰੀਆਂ ਥਾਵਾਂ 'ਤੇ ਬਿਰਾਜਮਾਨ ਹੈ, ਵਿਦਮਾਨ ਹੈ, ਤੁਸ ਪਰਮਾਤਮਾ ਨੂੰ ਲੱਭਦਾ ਫਿਰਦਾ, ਭਾਲਦਾ ਫਿਰਦਾ, ਜੰਗਲ ਜੰਗਲ ਭਟਕਦਾ ਫਿਰਦਾ, ਠੰਡੇ ਪਾਣੀ ਦੇ ਜਲ ਧਾਰੇ ਪਿਆ ਕਰਦਾ, ਕਿਤੇ ਧੂਣੀਆਂ ਤਪਾ ਕੇ ਸਰੀਰ ਨੂੰ ਕਸ਼ਟ ਦਿੰਦਾ ਪਿਆ, ਪਰਮਾਤਮਾ ਤੈਨੂੰ ਇੱਦਾਂ ਪ੍ਰਾਪਤ ਨਹੀਂ ਹੋ ਸਕਦਾ। ਕੋਈ ਧਰਮ ਦੇ ਕੰਮ ਕਰਕੇ ਵੀ ਹਉਮੈ ਹੰਕਾਰ ਵਿੱਚ ਗ੍ਰਸਤ ਹੋਇਆ ਪਿਆ, ਪੰਚਮ ਪਾਤਸ਼ਾਹ ਦਾ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾ ਦਿੱਤਾ, ਪਾਠ ਪੜ੍ਹੇ ਔਰ ਵੇਦ ਵਿਚਾਰੇ ਹੋ, ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਧਿਕ ਅਹਿਮ ਬੁੱਧ ਬਾਧੇ। ਵੀ ਧਰਮ ਦੇ ਕੰਮ ਵੀ ਕੀਤੇ, ਵੇਦਾਂ ਸ਼ਾਸਤਰਾਂ ਦੇ ਪਾਠ ਵੀ ਕੀਤੇ, ਨਿਓਲੇ ਕਰਮ ਵੀ ਕੀਤੇ, ਪਰ ਪੰਜਾਂ ਨੇ ਸੰਗ ਫੇਰ ਨਹੀਂ ਛੱਡਿਆ। ਉਹ ਪੰਜ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਪੰਜਾਂ ਤੋਂ ਤੇਰਾ ਸਾਥ ਮੁੱਕਾ ਨਹੀਂ, ਖਤਮ ਨਹੀਂ ਹੋਇਆ। ਸਗੋਂ ਹੰਕਾਰ ਹੋਰ ਵੱਧ ਗਿਆ ਕਿ ਮੈਂ ਇੰਨੇ ਪਾਠ ਕੀਤੇ, ਮੈਂ ਫਲਾਣੇ ਥਾਂ 'ਤੇ ਯਾਤਰਾ ਕਰਕੇ ਆਇਆ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ ਨੇ, ਪਿਆਰੇ ਇਨ ਬਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾਂ। ਅਨੇਕਾਂ ਹੀ ਲੋਕ ਵੇਖੇ ਨੇ ਜਿਹੜੇ ਐਸੇ ਕਰਮ ਪਏ ਕਰਦੇ ਨੇ, ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਹੋ ਸਕਦਾ। ਫਿਰ ਕੀ ਹੋਇਆ? ਹਾਰ ਪਰਿਓ ਸਵਾਮੀ ਕੈ ਦੁਆਰ ਦੀਜੈ ਬੁੱਧ ਵਿਵੇਕਾ। ਹਾਰ ਕੇ ਉਹ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕੀਤੀ ਹੈ ਕਿ ਵਿਵੇਕ ਬੁੱਧ ਬਖਸ਼ੋ। ਵਿਵੇਕ ਬੁੱਧ ਕਿਹੜੀ ਹੈ? ਜਿਹਦੇ ਤੋਂ ਸਾਨੂੰ ਮਾੜੇ ਅਤੇ ਚੰਗੇ ਦਾ ਪਤਾ ਲੱਗਦਾ,
ਐਸੀ ਸੋਝੀ ਬਖਸ਼ੋ, ਵਿਵੇਕ ਬੁੱਧ ਬਖਸ਼ਿਓ। ਅਤੇ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸੀ ਅਰਦਾਸ ਕੀਤੀ ਹੈ। ਉਹ ਵਾਹਿਗੁਰੂ ਪਰਮਾਤਮਾ ਜਿਸ ਨੂੰ ਭਾਲਣ ਵਾਸਤੇ ਦਰਬਦਾਰ ਥਾਂ ਥਾਂ ਠੋਕਰਾਂ ਪਿਆ ਖਾਂਦਾ, ਉਹ ਪਰਮਾਤਮਾ ਅਤੇ ਤੇਰੇ ਹਿਰਦੇ ਘਰ ਵਿੱਚ ਵਸਿਆ ਹੋਇਆ। ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਦਰਸ਼ਨ ਦਦਾਰੇ ਕਰ ਰਹੇ ਹੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੰਮ੍ਰਿਤ ਬਚਨ ਰਾਹੀਂ ਸਮਝਾਉਂਦੇ ਨੇ, ਕਾਹੇ ਰੇ ਮਨ ਖੋਜਨ ਜਾਈ, ਸਰਬਨਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਕਿ ਜਿਵੇਂ ਕਿਸੇ ਨੇ ਅਸੀਂ ਆਪਣੇ ਵੱਲ ਝਾਤੀ ਮਾਰੀਏ, ਕਿਤੇ ਪਾਣੀ ਦੇ ਕਿਨਾਰੇ 'ਤੇ ਖਲੋਤੇ ਹੋਈਏ ਨਾ, ਪਾਣੀ ਗੰਦਲਾ ਹੋਵੇ, ਪਾਣੀ ਮੈਲਾ ਹੋਵੇ, ਉਸ ਪਾਣੀ ਦੇ ਵਿੱਚੋਂ ਸਾਨੂੰ ਆਪਣਾ ਅਕਸ਼ ਨਜ਼ਰ ਨਹੀਂ ਆਉਂਦਾ। ਜੇ ਕਿਤੇ ਸਾਫ਼ ਪਵਿੱਤਰ ਪਾਣੀ ਹੋਵੇ, ਪਵਿੱਤਰ ਜਲ ਹੋਵੇ, ਉਸ ਜਲ ਵੱਲ ਝਾਤੀ ਮਾਰੀਏ ਤਾਂ ਸਾਨੂੰ ਆਪਣਾ ਅਕਸ਼ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਹੀ ਸਾਡਾ ਹਿਰਦਾ ਜਿਹੜਾ ਇਹ ਪਵਿੱਤਰ ਨਹੀਂ ਹੈ, ਇਹ ਵਿਕਾਰਾਂ ਦੀ ਮੈਲ ਦੇ ਨਾਲ ਭਰਿਆ ਹੋਇਆ ਹੈ। ਜਦੋਂ ਹਿਰਦਾ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਪਵਿੱਤਰ ਹੋ ਜਾਂਦਾ, ਜਦੋਂ ਅਸੀਂ ਸਿਮਰਨ ਕਰਦੇ ਹਾਂ, ਬਾਣੀ ਕਰਦੇ ਹਾਂ, ਭਜਨ ਬੰਦਗੀ ਕਰਦੇ ਹਾਂ, ਜਦੋਂ ਹਿਰਦਾ ਪਵਿੱਤਰ ਹੋ ਜਾਂਦਾ, ਫਿਰ ਜਿੱਥੇ ਆਪਣੇ ਹਿਰਦੇ ਵਿੱਚੋਂ ਵਾਹਿਗੁਰੂ ਪਰਮਾਤਮਾ ਲੱਭ ਜਾਂਦਾ ਅਤੇ ਉਹ ਸਾਰਿਆਂ ਦੇ ਹਿਰਦੇ ਵਿੱਚੋਂ ਸਾਨੂੰ ਨਜ਼ਰ ਆਉਂਦਾ। ਕਾਹੇ ਰੇ ਮਨ ਖੋਜਣ ਜਾਈ, ਇਹ ਬੰਦੇ ਇਹ ਮਨੁੱਖ ਤੂੰ ਜੰਗਲਾਂ ਦੇ ਵਿੱਚ ਕਿਉਂ ਭਟਕਦਾ ਫਿਰਦਾ ਹੈ? ਉਹ ਜੰਗਲਾਂ ਵਿੱਚ ਪਰਮਾਤਮਾ ਨਹੀਂ, ਹਰ ਥਾਂ 'ਤੇ ਰਮਿਆ ਹੋਇਆ, ਹਰ ਥਾਂ 'ਤੇ ਵਾਹਿਗੁਰੂ ਪਰਮਾਤਮਾ ਦੀ ਜੋਤ ਹੈ। ਉਹ ਕੀੜੀ ਤੋਂ ਲੈ ਕੇ ਹਾਥੀ ਤੱਕ, ਜਿਸ ਵਾਹਿਗੁਰੂ ਪਰਮਾਤਮਾ ਨੇ ਇਹ ਜਗਤ ਦੀ ਰਚਨਾ ਰਚੀ ਹੈ ਨਾ, ਇਹ ਸਾਰਾ ਸੰਸਾਰ ਬਣਾਇਆ, ਇੱਕ ਹੋ ਕੇ ਵੀ ਸਾਰਿਆਂ ਦੇ ਵਿੱਚ ਸਰਵ ਵਿਆਪਕ ਵਾਹਿਗੁਰੂ ਪਰਮਾਤਮਾ ਹੈ। ਕਾਹੇ ਰੇ ਮਨ ਖੋਜਣ ਜਾਈ, ਸਰਬ ਵਿਆਪੀ ਸਦਾ ਅਲੇਪਾ, ਤੋਂ ਹੀ ਸੰਗ ਸਮਾਈ। ਉਹ ਵਾਹਿਗੁਰੂ ਪਰਮਾਤਮਾ ਸਰਬ ਵਿਆਪਕ, ਉਸ ਇੱਕ ਦੇ ਵਿੱਚ ਨਹੀਂ, ਹਰ ਥਾਂ 'ਤੇ ਸਮਾਇਆ ਹੋਇਆ, ਉਹ ਤੇਰੇ ਹਿਰਦੇ ਵਿੱਚ ਵੀ ਵਾਹਿਗੁਰੂ ਪਰਮਾਤਮਾ ਹੈ। ਉਹ ਪਰਮਾਤਮਾ ਇਸ ਤਰ੍ਹਾਂ ਹੈ, ਪੋਪ ਮਦ ਜਿਉਂ ਵਾਸ ਬਸਤ ਹੈ। ਪੋਪ ਕਿਹਾ ਗਿਆ ਫੁੱਲ ਨੂੰ, ਫੁੱਲ ਦੇ ਵਿੱਚੋਂ ਸੁਗੰਧੀ ਆਉਂਦੀ ਹੈ, ਪਰ ਸੁਗੰਧੀ ਸਾਨੂੰ ਨਜ਼ਰ ਨਹੀਂ ਆਉਂਦੀ, ਸੁਗੰਧੀ ਨੂੰ ਅਸੀਂ ਮਾਣ ਸਕਦੇ ਹਾਂ। ਮੁਕਰ ਮਾਹੇ ਜੈਸੇ ਸ਼ਾਈ, ਸ਼ੀਸ਼ੇ ਦੇ ਵਿੱਚੋਂ ਅਸੀਂ ਆਪਣਾ ਅਕਸ਼ ਵੇਖ ਸਕਦੇ ਹਾਂ, ਪਰ ਸ਼ੀਸ਼ਾ ਸਾਫ਼ ਹੋਵੇ ਤਾਂ, ਜਿਵੇਂ
ਫੁੱਲ ਦੇ ਵਿੱਚੋਂ ਸਾਨੂੰ ਸੁਗੰਧੀ ਜਿਹੜੀ ਆਉਂਦੀ ਆ, ਅਸੀਂ ਸੁਗੰਧੀ ਨੂੰ ਵੇਖ ਨਹੀਂ ਸਕਦੇ, ਮਾਣ ਸਕਦੇ ਹਾਂ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਜਿਹੜਾ ਉਸ ਨੂੰ ਮਾਣਿਆ ਤਾਂ ਜਾ ਸਕਦਾ, ਵੇਖਿਆ ਨਹੀਂ ਜਾ ਸਕਦਾ। ਉਹ ਵਾਹਿਗੁਰੂ ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ। ਉਹ ਵਾਹਿਗੁਰੂ ਪਰਮਾਤਮਾ ਦੀ ਖੇਡ ਵੇਖੋ ਕਿ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ, ਸਾਰਾ ਸੰਸਾਰ ਬਣਾਇਆ। ਜਿਵੇਂ ਇੱਕ ਘੁਮਿਆਰ ਮਿੱਟੀ ਨੂੰ ਇੱਕੋ ਥਾਂ 'ਤੇ ਪੁੱਟਦਾ, ਇੱਕੋ ਥਾਂ 'ਤੇ ਗੁੰਦਦਾ, ਉਹਦੇ ਵੱਖੋ ਵੱਖ ਤਰੀਕੇ ਦੇ ਨਾਲ ਭਾਂਡੇ ਬਣਾ ਦਿੰਦਾ। ਕੋਈ ਭਾਂਡਾ ਛੋਟਾ, ਕੋਈ ਵੱਡਾ, ਕਿਤੇ ਕੋਈ ਦੀਵਾ ਬਣਾ ਦਿੱਤਾ, ਕਿਤੇ ਵੱਡਾ ਭਾਂਡਾ ਬਣਾ ਦਿੱਤਾ, ਕਿਸੇ ਦਾ ਕੋਈ ਆਕਾਰ, ਕਿਸੇ ਦਾ ਕੋਈ ਆਕਾਰ ਬਣਾ ਦਿੱਤਾ। ਬਣਾਉਣ ਵਾਲਾ ਉਹ ਘੁਮਾਰ ਮਿੱਟੀ ਇੱਕੋ ਥਾਂ 'ਤੇ ਪੁੱਟੀ, ਇੱਕੋ ਥਾਂ 'ਤੇ ਗੁੰਦੀ, ਪਰ ਭਾਂਡੇ ਵੱਖ ਵੱਖ ਆਕਾਰਾਂ ਦੇ ਬਣਾ ਦਿੱਤੇ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਇੱਕ ਹੈ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਸਾਰਾ ਸੰਸਾਰ ਬਣਾਇਆ, ਕਿਤੇ ਮਨੁੱਖ ਬਣਾ ਦਿੱਤਾ, ਕਿਤੇ ਕੀੜੀ ਬਣਾ ਦਿੱਤੀ, ਕਿਤੇ ਹਾਥੀ ਬਣਾ ਦਿੱਤਾ। ਵੱਖ ਵੱਖ ਤਰੀਕਿਆਂ ਦੇ ਨਾਲ ਵਾਹਿਗੁਰੂ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਸਾਰੇ ਸੰਸਾਰ ਨੂੰ ਬਣਾਇਆ। ਅਤੇ ਸਾਰਾ ਸੰਸਾਰ ਬਣਾ ਕੇ ਵਾਹਿਗੁਰੂ ਪਰਮਾਤਮਾ ਇੱਕ ਦੇ ਵਿੱਚ ਵੀ ਸਰਵ ਵਿਆਪਕ, ਸਾਰਿਆਂ ਦੇ ਵਿੱਚ ਸਰਵ ਵਿਆਪਕ ਇੱਕ ਹੋ ਕੇ ਵੀ। ਅੱਜ ਦੇ ਪਾਵਨ ਸ਼ਬਦ ਰਾਹੀਂ ਜੋ ਭਗਤ ਨਾਮਦੇਵ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਉਹ ਕਿਹੜੀ ਜਗ੍ਹਾ ਜਿੱਥੇ ਪਰਮਾਤਮਾ ਨਹੀਂ ਹੈ, ਉਹ ਕਿਹੜਾ ਹਿਰਦਾ ਜਿੱਥੇ ਪਰਮਾਤਮਾ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਉਹ ਸਰਬ ਗਿਆਤਾ ਜਿਨ੍ਹਾਂ ਨੇ ਪਰਮਾਤਮਾ ਦੇ ਆਨੰਦ ਨੂੰ ਮਾਣਿਆ, ਜਿਹੜੇ ਪਰਮਾਤਮਾ ਦੇ ਵਿੱਚ, ਵਾਹਿਗੁਰੂ ਪਰਮਾਤਮਾ ਦੇ ਵਿੱਚ ਓਤ ਪੋਤ ਹੋਏ ਨੇ, ਉਹ ਸੰਤ ਜਨ ਜਿਨ੍ਹਾਂ ਨੇ ਹਰ ਥਾਂ 'ਤੇ ਵਾਹਿਗੁਰੂ ਪਰਮਾਤਮਾ ਨੂੰ ਦੇਖਿਆ ਕਿ ਹਰ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਸਮਾਇਆ ਹੋਇਆ, ਉਹਨਾਂ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੱਤਾ ਉਹ ਕਿਹੜਾ ਹਿਰਦਾ ਜਿੱਥੇ ਵਾਹਿਗੁਰੂ ਪਰਮਾਤਮਾ ਦੀ ਜੋਤ ਵਿਦਮਾਨ ਨਹੀਂ ਹੈ, ਕਿਹੜਾ ਹਿਰਦਾ ਵਾਹਿਗੁਰੂ ਪਰਮਾਤਮਾ ਤੋਂ ਖਾਲੀ ਹੈ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਇਹ ਸੰਤ ਜਨ ਇਹ ਕੂਕ ਕੂਕ ਕੇ ਉਹਨਾਂ ਨੇ ਕਹਿਤਾ, ਪੁਕਾਰ ਕੇ ਕਹਿਣਾ ਕੀਤਾ, ਕਹੋ ਨਾਨਕ ਤੇ ਭਜ ਮਨਾ ਭਉ ਨਿਧ ਉਤਰੈ ਪਾਰ। ਐ ਮੇਰੇ ਮਨਾ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ, ਉਸ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰ। ਜਿਹੜਾ ਸਿਮਰਨ ਕੀਤਿਆਂ ਇਹ ਭਵ ਸਾਗਰ ਤੋਂ ਤੂੰ ਪਾਰ ਹੋ ਜਾਵੇਂਗਾ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ। ਉਸ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰ। ਅਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ ਹਾਂ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਭਗਤ ਕਬੀਰ ਸਾਹਿਬ ਜੀ ਜਦੋਂ ਵੇਖਦੇ ਹਾਂ
ਉਹਨਾਂ ਦੀਆਂ ਅੱਖਾਂ ਨੀਵੀਆਂ ਨੇ, ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਨੇ। ਕੋਈ ਲਾਗੋਂ ਦੀ ਜਾ ਰਿਹਾ ਆ ਰਿਹਾ ਉਹਦੇ ਵੱਲ ਕੋਈ ਧਿਆਨ ਨਹੀਂ, ਅੱਖਾਂ ਬੰਦ ਕਰਕੇ ਰੱਖਦੇ ਨੇ। ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਵੀ ਭਗਤ ਕਬੀਰ ਸਾਹਿਬ ਜੀ ਤੁਸੀਂ ਨੇਤਰ ਕਿਉਂ ਨਹੀਂ ਖੋਲ੍ਹਦੇ, ਅੱਖਾਂ ਕਿਉਂ ਬੰਦ ਕਰਕੇ ਰੱਖਦੇ ਹੋ? ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਨੇਤਰ ਖੋਲ੍ਹਾਂ ਕਿਵੇਂ, ਮੈਨੂੰ ਤਾਂ ਮੇਰੇ ਹਿਰਦੇ 'ਚ ਵਾਹਿਗੁਰੂ ਪਰਮਾਤਮਾ ਨਜ਼ਰ ਆ ਰਹੇ ਹੈ। ਭਗਤ ਕਬੀਰ ਸਾਹਿਬ ਜੀ ਦਾ ਬੱਚਾ ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ, ਅਤੇ ਮੈਨੂੰ ਤਾਂ ਮੇਰੇ ਆਪਣੇ ਹਿਰਦੇ 'ਚ ਵਾਹਿਗੁਰੂ ਪਰਮਾਤਮਾ ਨਜ਼ਰ ਆ ਰਹੇ ਹੈ। ਸਭ ਰਸ ਖੇਲੋ ਪੀ ਸੌ ਕਿਸੀ ਲਿਖਾਵੋ ਨਾਏ, ਕਿ ਮੈਨੂੰ ਪ੍ਰਭੂਪਤੀ ਸਾਰੇ ਥਾਂ 'ਤੇ ਨਜ਼ਰ ਆ ਰਹੇ ਹੈ, ਪਰਮਾਤਮਾ ਹਿਰਦੇ ਵਿੱਚ ਵੀ ਵਸਿਆ ਹੋਇਆ ਹੈ। ਅਤੇ ਅਗਲਾ ਬਚਨ ਜਾਂ ਅਗਲਾ ਸਲੋਕ ਪੜ੍ਹਦੇ ਨੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਨੀਚੇ ਲੋਇਨ ਕਿਉਂ ਕਰੋ, ਸਭ ਘੱਟ ਦੇਖੋ ਮਾਹੇ, ਜਦੋਂ ਆਪਣੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਦੇਖਿਆ, ਨੇਤਰ ਖੋਲ੍ਹੇ, ਅੱਖਾਂ ਖੋਲ੍ਹੀਆਂ, ਅਤੇ ਵਾਹਿਗੁਰੂ ਸਾਰੇ ਥਾਵਾਂ 'ਤੇ ਨਜ਼ਰ ਆ ਰਿਹਾ, ਹਰ ਹਿਰਦੇ ਘੱਟ ਵਿੱਚ ਉਹ ਵਾਹਿਗੁਰੂ ਪਰਮਾਤਮਾ ਨਜ਼ਰ ਆ ਰਹੇ ਹੈ। ਹੁਣ ਸਾਰੇ ਨੇਤਰ ਖੋਲ੍ਹ ਕੇ ਦੇਖਦੇ ਪਏ ਨੇ, ਅੱਖਾਂ ਖੋਲ੍ਹੀਆਂ ਨੇ, ਹਰ ਹਿਰਦੇ ਵਿੱਚ ਹਰ ਥਾਂ 'ਤੇ ਜਰੇ ਜਰੇ ਵਿੱਚ ਵਾਹਿਗੁਰੂ ਪਰਮਾਤਮਾ ਨਜ਼ਰ ਆ ਰਹੇ ਹੈ। ਅਤੇ ਜਗਿਆਸੂ ਨੇ ਇਹ ਸਵਾਲ ਕਰ ਦਿੱਤਾ, ਪੁੱਛ ਲਿੱਤਾ, ਹੁਣ ਤੁਸੀਂ ਨੇਤਰ ਖੋਲ੍ਹ ਕੇ ਸਾਰੇ ਪਾਸੇ ਕਿਉਂ ਦੇਖ ਰਹੇ ਹੋ? ਅਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਕੋਈ ਜਗ੍ਹਾ ਹੀ ਨਹੀਂ ਰਹਿ ਗਈ ਜਿੱਥੇ ਵਾਹਿਗੁਰੂ ਪਰਮਾਤਮਾ ਨਹੀਂ, ਮੈਨੂੰ ਹਰ ਥਾਂ 'ਤੇ ਵਾਹਿਗੁਰੂ ਪਰਮਾਤਮਾ ਨਜ਼ਰ ਆ ਰਹੇ ਹੈ। ਅੱਜ ਦੇ ਪਾਵਨ ਬਚਨ ਰਾਹੀਂ ਜੋ ਭਗਤ ਨਾਮਦੇਵ ਜੀ ਸਾਨੂੰ ਉਪਦੇਸ਼ ਦੇਣਾ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਖੇਪ ਰੂਪ ਵਿੱਚ ਮੂਲ ਮੰਤਰ ਇਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਵਿੱਚ 524 ਵਾਰ ਅਸੀਂ ਇਹਦੇ ਦਰਸ਼ਨ ਕਰਦੇ ਹਾਂ। ਕਿਤੇ ਜਦੋਂ ਵੀ ਬਾਣੀ ਜਾਂ ਆਰੰਭ ਹੁੰਦੀ ਹੈ, ਕੋਈ ਭਗਤ ਦੀ ਬਾਣੀ ਆਰੰਭ ਹੁੰਦੀ ਹੈ, ਨਵਾਂ ਸ਼ਬਦ ਆਰੰਭ ਹੁੰਦਾ, ਇਹ ਸਾਨੂੰ ਮੂਲ ਮੰਤਰ ਦੇ ਦਰਸ਼ਨ ਹੁੰਦੇ ਨੇ। ਅਤੇ ਇਹਦੇ ਰਾਹੀਂ ਸਾਨੂੰ ਇਹ ਸਮਝ ਪੈਂਦੀ ਹੈ ਕਿ ਗੁਰੂ ਸਾਹਿਬ ਨੇ ਸਮਝਾਇਆ ਭਲਿਆ, ਭਾਵੇਂ ਤੂੰ ਗੁਰੂ ਸਾਹਿਬ ਦੀ ਬਾਣੀ ਪੜ੍ਹ, ਭਾਵੇਂ ਤੂੰ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹ, ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹ, ਸਾਰਿਆਂ ਦਾ ਇੱਕੋ ਹੀ ਉਪਦੇਸ਼ ਹੈ ਕਿ ਪਰਮਾਤਮਾ ਇੱਕ ਹੈ। ਗਿਣਤੀ ਦਾ ਏਕਾ ਨਹੀਂ, ਅੰਕ ਵਿੱਚ ਏਕਾ ਪਾਇਆ ਹੋਇਆ, ਇੱਕ ਲਿਖਤੀ ਰੂਪ ਵਿੱਚ ਨਹੀਂ ਲਿਖਿਆ ਹੋਇਆ। ਜੇ ਕਿਤੇ ਈੜੀ ਨੂੰ ਸੁਹਾਰੀ ਅਤੇ ਕੱਕਾ ਪਾਉਂਦੇ ਤਾਂ ਇੱਕ ਬਣਦਾ, ਅਤੇ ਇੱਕ ਦੇ ਥਾਂ ਹੋਰ ਦੂਜਾ ਵੀ ਹੋ ਸਕਦਾ ਸੀ। ਅਤੇ ਗਿਣਤੀ ਵਿੱਚ ਇੱਕ ਪਾਇਆ, ਏਕਾ ਪਾਇਆ ਹੋਇਆ ਕਿ ਇੱਕ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹਦੀ ਪ੍ਰਾਪਤੀ ਕਿਵੇਂ ਹੈ? ਗੁਰੂ ਦੀ ਕਿਰਪਾ ਦੇ ਨਾਲ। ਜਿਵੇਂ ਅਸੀਂ ਗੁਰੂ ਘਰ ਵਿੱਚ ਆਉਂਦੇ ਹਾਂ, ਗੁਰੂ ਘਰ ਵਿੱਚ ਆ ਕੇ ਬੈਠਦੇ ਹਾਂ, ਸੰਗਤ ਵਿੱਚ ਬੈਠਦੇ ਹਾਂ, ਅਤੇ ਜਦੋਂ ਸੇਵਾਦਾਰ ਪ੍ਰਸ਼ਾਦ ਵਰਤਾਉਣ ਲੱਗਦਾ ਨਾ, ਇੱਕ ਹੈ ਪ੍ਰਸਾਦ ਅਤੇ ਇੱਕ ਹੈ ਪ੍ਰਸ਼ਾਦ। ਜਦੋਂ ਵੀ ਸੇਵਾਦਾਰ ਆ ਕੇ ਆਪ ਜੀ ਨੂੰ ਪ੍ਰਸ਼ਾਦ ਦੇ ਕੇ ਪ੍ਰਸ਼ਾਦ ਲੈਣ ਲੱਗਿਆਂ, ਸਾਨੂੰ ਬੁੱਕ ਬਣਾਉਣਾ ਪੈਂਦਾ। ਬੁੱਕ ਬਣਾਵਾਂਗੇ ਤਾਂ ਸੇਵਾਦਾਰ ਬੁੱਕ ਵਿੱਚ ਪ੍ਰਸ਼ਾਦ ਦੇਵੇਗਾ, ਇੱਕ ਹੱਥ ਕਰਾਂਗੇ ਪ੍ਰਸ਼ਾਦ ਨਹੀਂ ਮਿਲੇਗਾ। ਇਸੇ ਤਰ੍ਹਾਂ ਗੁਰੂ ਦੀ ਕਿਰਪਾ, ਗੁਰੂ ਪ੍ਰਸਾਦ। ਗੁਰਪ੍ਰਸਾਦ ਕਿਵੇਂ ਹੋਵੇਗੀ? ਆਪਣੇ ਹਿਰਦੇ ਰੂਪੀ ਦਾ ਬੁੱਕ ਬਣਾਵਾਂਗੇ ਤਾਂ ਗੁਰੂ ਦੀ ਕਿਰਪਾ ਵਰਤੇਗੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਬਾਣੀ ਸ਼੍ਰੀ ਨਾਮ ਦਿਓ ਜੀ ਕੀ। ਆਸਾ ਰਾਗ ਅੰਦਰ ਭਗਤ ਨਾਮਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਜਿੱਥੇ ਸਾਰੇ ਸ਼ਬਦ ਦਾ ਸਾਰ ਅੰਸ਼ ਹੈ, ਰਹਾਉ ਦੀ ਪੰਕਤੀ ਹੈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਗਤ ਨਾਮਦੇਵ ਜੀ ਨੇ ਇਹ ਪੁਕਾਰ ਕੇ ਕਹਿ ਦਿੱਤਾ ਕਿ ਉਹ ਵਾਹਿਗੁਰੂ ਪਰਮਾਤਮਾ ਹਰ ਥਾਂ 'ਤੇ ਰਮਿਆ ਹੋਇਆ, ਹਰ ਥਾਂ 'ਤੇ ਬਿਰਾਜਮਾਨ ਹੈ, ਹਰ ਥਾਂ 'ਤੇ ਵਾਹਿਗੁਰੂ ਪਰਮਾਤਮਾ, ਪਰਮਾਤਮਾ ਤੋਂ ਬਿਨਾਂ ਕੋਈ ਸੱਖਣੀ ਥਾਂ ਹੀ ਨਹੀਂ, ਕੋਈ ਐਸਾ ਸਥਾਨ ਨਹੀਂ, ਕੋਈ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਪਰ ਆਪੋ ਆਪਣੇ ਧਰਮ ਅਨੁਸਾਰ ਕੋਈ ਪਰਮਾਤਮਾ ਨੂੰ ਇੱਟਾਂ ਦੀ ਚਾਰ ਦੀਵਾਰੀ ਵਿੱਚੋਂ ਲੱਭਦਾ, ਕੋਈ ਮੂਰਤੀ ਵਿੱਚੋਂ ਵੇਖਦਾ ਪਿਆ, ਕੋਈ ਕਹਿੰਦਾ ਪਰਮਾਤਮਾ ਦਾ ਦੱਖਣ ਵਾਸਾ, ਕੋਈ ਕਹਿੰਦਾ ਚੜ੍ਹਦੇ ਬੰਨੇ ਆ, ਕੋਈ ਕਹਿੰਦਾ ਲਹਿੰਦੇ ਬੰਨੇ ਆ। ਪਰਮਾਤਮਾ ਦੇ ਨਾਂ 'ਤੇ ਬਖੇੜੇ ਪਾਏ ਹੋਏ ਹੈ ਅਤੇ ਭਗਤ ਕਬੀਰ ਸਾਹਿਬ ਜੀ ਨੇ ਇਹ ਸਾਨੂੰ ਸਮਝਾਉਣਾ ਕੀਤਾ। ਜਿਹੜੇ ਕਹਿੰਦੇ ਨੇ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲੈ ਮੁਕਾਮਾ, ਮੁਸਲਮਾਨ ਕਹਿੰਦਾ ਲਹਿੰਦੇ ਬੰਨੇ, ਕੋਈ ਕਹਿੰਦਾ ਚੜ੍ਹਦੇ ਬੰਨੇ, ਕੋਈ ਮੂਰਤੀਆਂ ਵਿੱਚੋਂ ਪਰਮਾਤਮਾ ਨੂੰ ਦੇਖਦਾ ਪਿਆ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੋਰ ਮੁਕਾਮਾ। ਆਪਣੇ ਹਿਰਦੇ ਨੂੰ ਖੋਜ, ਆਪਣੇ ਹਿਰਦੇ ਨੂੰ ਪੜਤਾਲ। ਜਦੋਂ ਅਸੀਂ ਆਪਣੇ ਹਿਰਦੇ ਨੂੰ ਪੜਤਾਲਾਂਗੇ, ਹਿਰਦੇ ਨੂੰ ਖੋਜਾਂਗੇ, ਤਾਂ ਸਾਨੂੰ ਉਹ ਵਾਹਿਗੁਰੂ ਪਰਮਾਤਮਾ ਆਪੇ ਨਜ਼ਰ ਆ ਜਾਣਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਇੱਕ ਉਦਾਹਰਣ ਦੇ ਕੇ ਸਮਝਾਇਆ ਕਿ ਜਿਵੇਂ ਸੂਤ
ਧਾਗਾ ਇੱਕ ਹੋਵੇ ਅਤੇ ਧਾਗੇ ਦੇ ਵਿੱਚ ਮਣਕੇ ਅਨੇਕਾਂ ਹੋ ਸਕਦੇ ਆ, ਹਜ਼ਾਰਾਂ ਗਿਣਤੀ ਹੋ ਸਕਦੀ ਹੈ, ਸੈਂਕੜੇ ਹੋ ਸਕਦੀ ਹੈ। ਧਾਗਾ ਟੁੱਟ ਜਾਵੇ ਅਤੇ ਮੋਤੀ ਬਿਖਰ ਜਾਂਦੇ ਨੇ, ਖਿਲਰ ਜਾਂਦੇ ਨੇ, ਅਨੇਕਾਂ ਹੋ ਜਾਂਦੇ ਨੇ। ਜੇ ਉਹ ਧਾਗੇ ਵਿੱਚ ਪਰੋਏ ਹੋਏ ਹੈ ਅਤੇ ਉਹ ਮਾਲਾ ਬਣੀ ਹੋਈ ਹੈ, ਇਕੱਠੇ ਹੋਏ ਨੇ ਧਾਗੇ ਦੇ ਕਰਕੇ, ਉਹ ਮੋਤੀ ਜੁੜੇ ਹੋਏ ਨੇ। ਇਸੇ ਤਰ੍ਹਾਂ ਹੀ ਜਿਵੇਂ ਇੱਕ ਧਾਗੇ ਦੇ ਵਿੱਚ ਮਾਲਾ ਪਰੋਈ ਹੋਈ ਹੈ, ਧਾਗੇ ਦੇ ਕਰਕੇ ਉਹ ਮਾਲਾ ਇਕੱਠੇ ਮੋਤੀ, ਸੈਂਕੜੇ ਮੋਕੀ, ਹਜ਼ਾਰਾਂ ਮੋਤੀ ਜਿਹੜੇ ਨੇ ਇਕੱਠੇ ਨੇ। ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮਾਤਮਾ ਇੱਕ ਹੈ। ਪਰਮਾਤਮਾ ਨੇ ਸਾਰੇ ਸੰਸਾਰ ਨੂੰ ਬਣਾਇਆ, ਸਾਰੀ ਸ੍ਰਿਸ਼ਟੀ ਨੂੰ ਬਣਾਇਆ। ਸਾਰੇ ਸੰਸਾਰ ਨੂੰ ਬਣਾ ਕੇ ਪਰਮਾਤਮਾ ਇੱਕ ਹੋ ਕੇ ਵੀ ਸਾਰਿਆਂ ਵਿੱਚ ਰਮਿਆ ਹੋਇਆ ਹੈ। ਭਗਤ ਨਾਮਦੇਵ ਜੀ ਦਾ ਬਚਨ ਪੜ੍ਹਦੇ ਹਾਂ, ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ। ਕਿ ਪਰਮਾਤਮਾ ਉਹ ਕਿਹੜੀ ਥਾਂ ਜਿੱਥੇ ਪਰਮਾਤਮਾ ਨਹੀਂ ਹੈ? ਹਰ ਥਾਂ 'ਤੇ ਅਨੇਕਾਂ ਰੂਪ ਧਾਰ ਕੇ ਪਰਮਾਤਮਾ ਸਾਰਿਆਂ ਦੇ ਵਿੱਚ ਮੌਜੂਦ ਹੈ। ਕਿਸੇ ਨੇ ਸਵਾਲ ਕਰ ਦਿੱਤਾ ਕਿ ਪਰਮਾਤਮਾ ਇੱਕ ਹੋ ਕੇ ਸਾਰਿਆਂ ਥਾਂ 'ਤੇ ਕਿਵੇਂ ਰਮਿਆ ਹੋਇਆ? ਭਗਤ ਜੀ ਨੂੰ ਸਵਾਲ ਕੀਤਾ ਅਤੇ ਭਗਤ ਜੀ ਕਹਿੰਦੇ ਨੇ, ਚੰਦਰਮਾ ਆਕਾਸ਼ ਦੇ ਵਿੱਚ ਇੱਕ ਹੈ, ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖ ਦਿਓ, ਘੜਿਆਂ ਦੇ ਉੱਪਰ ਚੱਪਣੀ ਦੇ ਦਿਓ, ਟੱਕ ਦਿਓ ਪਾਣੀ, ਸਵੱਛ ਜਲ ਭਰੋ, ਅਤੇ ਜਦੋਂ ਰਾਤ ਨੂੰ ਚੰਦਰਮਾ ਪੂਰੇ ਜੋਬਨ 'ਤੇ ਹੁੰਦਾ, ਆਪੋ ਆਪਣੇ ਘੜੇ 'ਤੇ ਖਲੋ ਕੇ ਵੇਖੋ ਵੀ ਚੰਦਰਮਾ ਦਾ ਅਕਸ਼ ਨਜ਼ਰ ਆਉਂਦਾ। ਇੱਕ ਨੂੰ ਕਿਹਾ ਵੀ ਆਪਣੇ ਘੜੇ ਤੋਂ ਢੱਕਣ ਚੁੱਕੋ, ਉਹ ਕਹਿੰਦਾ ਮੇਰੇ ਘੜੇ 'ਚ ਚੰਦਰਮਾ ਨਜ਼ਰ ਆ ਰਿਹਾ, ਦੂਜਾ ਕਹਿੰਦਾ ਮੇਰੇ ਘੜੇ 'ਚ ਚੰਦਰਮਾ ਨਜ਼ਰ ਆਉਂਦਾ। ਇਹ ਤਾਂ ਸਾਰੇ ਕਹਿੰਦੇ ਨੇ ਸਾਰੇ ਘੜਿਆਂ ਵਿੱਚ ਚੰਦਰਮਾ, ਹਜ਼ਾਰਾਂ ਚੰਦਰਮਾ ਨਹੀਂ, ਚੰਦਰਮਾ ਇੱਕ ਹੈ, ਘੜੇ ਹਜ਼ਾਰਾਂ ਹੋ ਸਕਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਇੱਕ ਹੋ ਕੇ ਵੀ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਏਕ ਅਨੇਕ ਵਿਆਪਕ ਪੂਰਕ, ਜਦ ਦੇਖੋ ਤਤ ਸੋਈ। ਉਹ ਹਰ ਥਾਂ 'ਤੇ ਪਰਮਾਤਮਾ, ਹਰ ਥਾਂ 'ਤੇ ਪਰਮਾਤਮਾ ਹੈ। ਪਰਮਾਤਮਾ ਤੋਂ ਬਿਨਾਂ ਕੋਈ ਸਖਣੀ ਐਸੀ ਥਾਂ ਨਹੀਂ ਜਿੱਥੇ ਵਾਹਿਗੁਰੂ ਪਰਮਾਤਮਾ ਵਿਦਮਾਨ ਨਹੀਂ ਹੈ। ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਬਿਰਾਜਮਾਨ ਨੇ ਸੰਗਤਾਂ ਨੂੰ ਉਪਦੇਸ਼ ਵੀ ਦਿੰਦੇ ਨੇ, ਜੰਗ ਯੁੱਧ ਵੀ ਚੱਲਦੇ ਪਏ ਨੇ। ਜਦੋਂ ਘਮਸਾਨ ਦਾ ਯੁੱਧ ਹੋ ਰਿਹਾ ਨਾ,
ਅਤੇ ਸਿੱਖ ਜਿਹੜੇ ਨੇ ਤੁਰਕਾਂ ਨੂੰ ਆਪਣੇ ਸ਼ਸਤਰਾਂ ਦੇ ਨਾਲ ਫੱਟੜ ਕਰਕੇ ਧਰਤੀ 'ਤੇ ਸੁੱਟਦੇ ਨੇ। ਉੱਥੇ ਗੁਰੂ ਕਾ ਸਿੱਖ ਭਾਈ ਕਨ੍ਹੱਈਆ ਜੀ ਉਹ ਜਿਹੜੇ ਫੱਟੜ ਹੁੰਦੇ ਨੇ ਉਹਨਾਂ ਨੂੰ ਪਾਣੀ ਪਿਲਾ ਕੇ ਫਿਰ ਕਾਇਮ ਕਰ ਦਿੰਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਪਾਤਸ਼ਾਹ ਅਸੀਂ ਤੁਰਕਾਂ ਨੂੰ ਜ਼ਾਲਮਾਂ ਨੂੰ ਦੁਸ਼ਮਣਾਂ ਨੂੰ ਫੱਟੜ ਕਰਕੇ ਧਰਤੀ ਸੁੱਟਦੇ ਹਾਂ ਅਤੇ ਇਹ ਪਾਣੀ ਪਿਲਾ ਕੇ ਫਿਰ ਕਾਇਮ ਕਰ ਦਿੰਦਾ। ਦੀਵਾਨ ਸੱਜਿਆ ਹੋਇਆ ਕਲਗੀਧਰ ਪਾਤਸ਼ਾਹ ਨੇ ਭਾਈ ਕਨ੍ਹੱਈਆ ਜੀ ਨੂੰ ਕੋਲ ਬੁਲਾਇਆ ਅਤੇ ਭਾਈ ਕਨ੍ਹੱਈਆ ਜੀ ਨੂੰ ਕਹਿੰਦੇ ਨੇ ਸਤਿਗੁਰੂ ਜੀ, ਭਾਈ ਕਨ੍ਹੱਈਆ ਜੀ ਤੇਰੀ ਸ਼ਿਕਾਇਤ ਹੈ, ਦੱਸੋ ਜੀ ਕੀ ਸ਼ਿਕਾਇਤ ਹੈ। ਭਾਈ ਕਨ੍ਹੱਈਆ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਨ੍ਹੱਈਆ ਜੀ, ਸਿੱਖ ਕਹਿੰਦੇ ਨੇ ਅਸੀਂ ਦੁਸ਼ਮਣਾਂ ਨੂੰ ਜੰਗ ਯੁੱਧ ਫੱਟੜ ਕਰਕੇ ਧਰਤੀ 'ਤੇ ਸੁੱਟਦੇ ਹਾਂ ਅਤੇ ਤੁਸੀਂ ਪਾਣੀ ਪਿਲਾ ਕੇ ਫਿਰ ਕਾਇਮ ਕਰ ਦਿੰਦੇ ਹੋ। ਭਾਈ ਕਨ੍ਹੱਈਆ ਜੀ ਕਹਿੰਦਾ ਸਤਿਗੁਰੂ, ਇਹ ਦੀਨ ਦੁਨੀ ਦੇ ਪਾਤਸ਼ਾਹ ਇਹ ਸਹੀ ਕਹਿੰਦੇ ਨੇ, ਇਹਨਾਂ ਜਿਹੜੀ ਸ਼ਿਕਾਇਤ ਕੀਤੀ ਆ ਤੁਹਾਡੇ ਕੋਲ ਠੀਕ ਹੈ, ਪਰ ਮੇਰੇ ਪਾਤਸ਼ਾਹ ਮੈਨੂੰ ਤਾਂ ਉਹਨਾਂ ਵਿੱਚ ਕੋਈ ਦੁਸ਼ਮਣ ਨਜ਼ਰ ਹੀ ਨਹੀਂ ਆਉਂਦਾ, ਮੈਂ ਤਾਂ ਉਹਨਾਂ ਦੇ ਵਿੱਚੋਂ ਤੇਰਾ ਹੀ ਰੂਪ ਦੇਖਦਾ ਹਾਂ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਹੈ। ਕਲਗੀਧਰ ਪਾਤਸ਼ਾਹ ਮੈਨੂੰ ਉਹਨਾਂ ਵਿੱਚ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਅਤੇ ਸਾਗੁਰ ਕਲਗੀਧਰ ਪਾਤਸ਼ਾਹ ਨੇ ਭਾਈ ਕਨ੍ਹੱਈਆ ਜੀ ਨੂੰ ਗੱਲ ਵਕੜੀ ਵਿੱਚ ਲਿਆ, ਘੁੱਟ ਕੇ ਜੱਫੀ ਪਾਈ ਅਤੇ ਨਾਲੇ ਕਹਿਤਾ ਭਾਈ ਕਨ੍ਹੱਈਆ ਜੀ, ਜਿੱਥੇ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹੋ, ਇਹ ਸਿੱਖਾਂ ਨੇ ਕਿਹਾ ਨਾ ਸ਼ਿਕਾਇਤ ਕੀਤੀ ਵੀ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹੋ, ਜਿੱਥੇ ਤੁਸੀਂ ਪਾਣੀ ਦੀ ਸੇਵਾ ਕਰਦੇ ਹੋ ਆ ਮੱਲਮ ਪੱਟੀ ਵੀ ਲਓ ਨਾਲ ਮੱਲਮ ਪੱਟੀ ਵੀ ਕਰ ਦਿਓ। ਆਪਣਾ ਭਾਈ ਕਨ੍ਹੱਈਆ ਜੀ ਥਾਂ ਨਾਂ 'ਤੇ ਕਈ ਮਿਸ਼ਨ ਖੁੱਲ੍ਹੇ ਹੋਏ ਨੇ, ਸੁਸਾਇਟੀਆਂ ਖੁੱਲ੍ਹੀਆਂ ਹੋਈਆਂ ਨੇ ਜਿਹੜੇ ਸੇਵਾ ਕਰਦੇ ਨੇ। ਏਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਤ ਸੋਈ, ਉਹ ਵਾਹਿਗੁਰੂ ਪਰਮਾਤਮਾ ਕਿਹੜੀ ਜਗ੍ਹਾ ਜਿੱਥੇ ਪਰਮਾਤਮਾ ਵਿਦਮਾਨ ਨਹੀਂ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਵਾਹਿਗੁਰੂ ਪਰਮਾਤਮਾ ਨਜ਼ਰ ਨਹੀਂ ਆਉਂਦਾ। ਪਰ ਪਰਮਾਤਮਾ ਦੇ ਨਾਂ 'ਤੇ ਅਸੀਂ ਵੱਡੀਆਂ ਜ਼ਰੂਰ ਪਾਈਆਂ ਹੋਈਆਂ ਨੇ, ਝਗੜੇ ਜ਼ਰੂਰ ਖੜ੍ਹੇ ਕੀਤੇ ਹੋਏ ਨੇ, ਕੋਈ ਕਹਿੰਦਾ ਰਾਮ ਕਹੋ, ਕੋਈ ਕਹਿੰਦਾ ਅੱਲਾ ਕਹੋ, ਕੋਈ ਕਹਿੰਦਾ ਵਾਹਿਗੁਰੂ ਕਹੋ, ਰੱਬ ਇੱਕ ਹੈ, ਉਹਦੇ ਨਾਮ ਅਨੇਕਾਂ ਨੇ। ਆਪੋ ਆਪਣੇ ਧਰਮ ਅਨੁਸਾਰ ਉਹਨੂੰ ਕੋਈ ਯਾਦ ਕਰਦਾ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ। ਅਤੇ ਬਾਬਾ ਕਬੀਰ ਸਾਹਿਬ ਜੀ ਨੇ ਇਹ ਬਚਨ ਕਿਹਾ ਸੀ ਨਾ, ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਜੋ ਵਾਹਿਗੁਰੂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਕੋਈ ਭਲਾ ਨਹੀਂ, ਕੋਈ ਮੰਦਾ ਨਹੀਂ, ਸਾਰੇ ਉਹ ਵਾਹਿਗੁਰੂ ਪਰਮਾਤਮਾ ਦੇ ਬਣਾਏ ਹੋਏ ਹੈ। ਪਰ ਫਿਰ ਵੀ ਅਸੀਂ ਵੰਡੀਆਂ ਪਾਈਆਂ ਹੁੰਦੇ ਪਰਮਾਤਮਾ ਦੇ ਨਾਮ 'ਤੇ। ਕੋਈ ਕਹਿੰਦਾ ਅੱਲਾ ਕਹੋ, ਕੋਈ ਕਹਿੰਦਾ ਰਾਮ ਕਹੋ, ਕੋਈ ਪਰਮਾਤਮਾ ਨੂੰ ਇੱਟਾਂ ਦੀ ਚਾਰ ਦੀਵਾਰੀ ਵਿੱਚ ਵੇਖਦਾ ਵੀ ਪਰਮਾਤਮਾ ਇੱਥੇ ਮੌਜੂਦ ਹੈ, ਕੋਈ ਮੂਰਤੀ ਵਿੱਚੋਂ ਪਰਮਾਤਮਾ ਨੂੰ ਲੱਭਦਾ। ਪਰ ਪਰਮਾਤਮਾ ਕਿਸੇ ਦਾ ਬੱਧਿਆ ਹੋਇਆ ਨਹੀਂ, ਕਿਸੇ ਦਾ ਗੁਲਾਮ ਨਹੀਂ, ਪਰਮਾਤਮਾ 'ਤੇ ਹਰ ਥਾਂ 'ਤੇ ਸਮਾਇਆ ਰਮਿਆ ਹੋਇਆ। ਏਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਦ ਸੋਈ, ਉਹ ਪਰਮਾਤਮਾ ਹਰ ਥਾਂ 'ਤੇ ਮੌਜੂਦ ਹੈ, ਹਰ ਥਾਂ 'ਤੇ ਰਮਿਆ ਹੋਇਆ, ਕੋਈ ਐਸੀ ਜਗ੍ਹਾ ਨਹੀਂ। ਸੂਤ ਏਕ ਮਨ ਸੱਤ ਸਹੰਸ ਜੈਸੇ, ਸਹੰਸ ਦਾ ਅਰਥ ਹੈ ਹਜ਼ਾਰਾਂ, ਸੂਤ ਇੱਕ, ਅਤੇ ਸਤਿਗੁਰੂ ਜੀ ਬਖਸ਼ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਜਿਵੇਂ ਇੱਕ ਧਾਗਾ ਹੋਵੇ ਸੈਂਕੜੇ ਹਜ਼ਾਰਾਂ ਮੋਤੀ ਉਹਦੇ ਵਿੱਚ ਪਰੋਤੇ ਹੋਣ, ਉਹ ਧਾਗੇ ਦੇ ਵਿੱਚ ਬੱਧੇ ਹੋਏ ਨੇ, ਧਾਗੇ ਦੇ ਵਿੱਚ ਇਕੱਠੇ ਹੋਏ ਨੇ ਅਤੇ ਮਾਲਾ ਬਣੀ ਹੈ। ਜਦੋਂ ਧਾਗਾ ਟੁੱਟ ਜਾਂਦਾ ਤਾਂ ਉਹ ਮੋਤੀ ਬਿਖਰ ਜਾਂਦੇ ਨੇ। ਇਸੇ ਤਰ੍ਹਾਂ ਹੀ ਉਹ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਜੀਵਨ ਸੱਤਾ ਸਾਰਿਆਂ ਦੇ ਵਿੱਚ ਮਿਲੀ ਹੋਈ ਹੈ। ਇਹ ਤਾਣੇ ਪੇਟੇ ਜਿਵੇਂ ਧਾਗਾ ਜਿਵੇਂ ਮਿਲਿਆ ਹੋਇਆ ਮੋਤੀ ਇਕੱਠੇ ਨੇ, ਇਸੇ ਤਰ੍ਹਾਂ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ। ਪਰਮਾਤਮਾ ਸਾਰਿਆਂ ਦੇ ਵਿੱਚ ਆਪ ਟਿਕਿਆ ਹੋਇਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਕ ਪਰਮਾਤਮਾ ਅਨੇਕਾਂ ਰੂਪ ਧਾਰ ਕੇ ਵੀ ਸਾਰਿਆਂ ਵਿੱਚ ਮੌਜੂਦ ਹੈ। ਭਾਈ ਗੁਰਦਾਸ ਜੀ ਨੇ ਉਦਾਹਰਣ ਦੇ ਕੇ ਸਮਝਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜਿਵੇਂ ਗਾਈਆਂ ਜਿਹੜੀਆਂ ਨੇ ਰੰਗ ਬਿਰੰਗੀਆਂ ਨੇ, ਕੋਈ ਕਾਲੇ ਰੰਗ ਦੀ ਗਾਂ ਹੈ, ਕੋਈ ਚਿੱਟੇ ਰੰਗ ਦੀ ਗਾਂ ਹੈ, ਕੋਈ ਰੰਗ, ਕੋਈ ਰੰਗ ਹੈ, ਪਰ ਦੁੱਧ ਉਹਨਾਂ ਦਾ ਚਿੱਟਾ ਹੈ, ਦੁੱਧ ਵਿੱਚ ਕੋਈ ਫਰਕ ਨਹੀਂ ਨਾ। ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਇਹ ਕੇਵਲ ਤਾਂ ਕੇਵਲ ਹਿੰਦੁਸਤਾਨ ਦੀ ਧਰਤੀ 'ਤੇ ਨਹੀਂ, ਜਿੱਥੇ ਮਰਜ਼ੀ ਚਲੇ ਜਾਓ ਕਿਸੇ ਦਾ ਰੰਗ ਕਾਲਾ, ਕਿਸੇ ਦਾ ਚਿੱਟਾ, ਕਿਸੇ ਦਾ ਲਾਲ ਹੈ, ਕਿਸੇ ਦਾ ਕੋਈ ਰੰਗ ਹੈ, ਪਰ ਖੂਨ ਦੇ ਵਿੱਚ ਲਾਲ ਆ ਨਾ, ਖੂਨ ਦਾ ਰੰਗ ਤਾਂ ਅਲੱਗ ਅਲੱਗ ਨਹੀਂ ਨਾ। ਜਿੱਦਾਂ ਗਾਈਆਂ ਦਾ ਰੰਗ ਬਿਰੰਗਾ ਰੰਗ ਹੈ, ਕੋਈ ਰੰਗ, ਕੋਈ ਰੰਗ ਦੇ ਦੁੱਧ ਚਿੱਟਾ ਹੈ, ਮਨੁੱਖ ਕੋਈ ਕਾਲੇ ਰੰਗ ਦਾ, ਕੋਈ ਚਿੱਟੇ ਰੰਗ ਦਾ, ਕੋਈ ਕਿਸੇ ਰੰਗ ਦਾ। ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮਾਤਮਾ ਵੀ ਸਾਰਿਆਂ ਦੇ ਵਿੱਚ ਰਮਿਆ ਹੋਇਆ, ਹਰ ਧਰਤੀ 'ਤੇ, ਹਰ ਧਰਤੀ ਦੇ ਖਿੱਤੇ 'ਤੇ ਪਰਮਾਤਮਾ ਮੌਜੂਦ ਹੈ। ਜਿੱਥੇ ਮਰਜ਼ੀ ਬਹਿ ਕੇ ਉਹਨੂੰ ਯਾਦ ਕਰ ਲਵੋ, ਜਿੱਥੇ ਵਾਹਿਗੁਰੂ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਬਣਾਇਆ, ਸਾਰੇ ਸੰਸਾਰ ਦੀ ਰਚਨਾ ਰਚਣ ਵਾਲਾ ਪਰਮਾਤਮਾ ਹੈ,
ਦੁਨੀਆ ਦੇ ਵਿੱਚ ਕਾਰੀਗਰ ਵੇਖੋ ਕਈ ਤਰ੍ਹਾਂ ਦੇ ਹੈ। ਕੋਈ ਕਾਰੀਗਰ ਜਿਹੜਾ ਪਰਥਰ ਦੇ ਵਿੱਚੋਂ ਮੂਰਤੀ ਘੜ ਕੇ ਬਣਾਉਂਦਾ, ਕੋਈ ਕਾਗਜ਼ 'ਤੇ ਮੂਰਤੀ ਤਿਆਰ ਕਰਕੇ ਬਣਾ ਦਿੰਦਾ, ਕੋਈ ਡਰਾਇੰਗ ਦੇ ਰਾਹੀਂ ਮੂਰਤੀ ਤਿਆਰ ਕਰਦਾ। ਕਈ ਐਸੇ ਕਾਰੀਗਰ ਸੜਕਾਂ 'ਤੇ ਅਸੀਂ ਵੇਖਦੇ ਹਾਂ ਵੀ ਜਿਹੜੇ ਹੂਬ ਹੂਬ ਐਸੇ ਮਨੁੱਖ ਦੀ ਮੂਰਤੀ ਤਿਆਰ ਕਰ ਦਿੰਦੇ ਆ, ਪਸ਼ੂ ਦੀ ਮੂਰਤੀ ਤਿਆਰ ਕਰ ਦਿੰਦੇ ਆ। ਦੂਰੋਂ ਸਾਨੂੰ ਅਜਿਹਾ ਭੁਲੇਖਾ ਪੈਂਦਾ ਵੀ ਬਿਲਕੁਲ ਹੂਬ ਹੂਬ ਮਨੁੱਖ ਜਿਹੋ ਜਿਹੀ ਮੂਰਤੀ, ਮਨੁੱਖ ਜੈਸੀ ਮੂਰਤੀ ਤਿਆਰ ਕਰ ਦਿੱਤੀ ਵੀ ਦੂਰੋਂ ਪਤਾ ਲੱਗਦਾ ਇਹ ਬੰਦਾ ਖੜ੍ਹਾ, ਮਨੁੱਖ ਖੜ੍ਹਾ। ਉਸੇ ਤਰ੍ਹਾਂ ਦੇ ਹੱਥ ਪੈਰ, ਨਾਸਕਾਂ, ਅੱਖਾਂ, ਮੂੰਹ, ਪਰ ਉਹ ਕਾਰੀਗਰਾਂ ਦੇ ਕੋਲ ਇੰਨੀ ਸੱਤਿਆ ਨਹੀਂ ਵੀ ਵੇਖਣ ਵਾਲੀ ਜੋਤ ਜਿਹੜੀ ਅੰਦਰ ਉਹ ਤਿਆਰ ਕਰ ਦੇਵਣ। ਉਹਨਾਂ ਦੇ ਕੋਲ ਇੰਨੀ ਸੱਤਿਆ ਨਹੀਂ ਵੀ ਉਹ ਕੰਨਾਂ ਦੇ ਵਿੱਚ ਸਰੋਤ ਪੈਦਾ ਕਰ ਸਕਣ। ਮੂਰਤੀ ਭਾਵੇਂ ਬਣਾ ਸਕਦੇ ਨੇ ਮੂਰਤੀਕਾਰ, ਪਰ ਪਰਮਾਤਮਾ ਐਡਾ ਸਿਆਣਾ ਮੂਰਤੀਕਾਰ ਹੈ, ਇੱਕ ਪਾਣੀ ਦੀ ਬਿੰਦ ਤੋਂ ਪਰਮਾਤਮਾ ਦੀ ਸ਼ਕਲ ਤਿਆਰ ਕਰ ਦਿੱਤੀ ਹੈ। ਪਾਣੀ ਦੀ ਬੂੰਦ ਤੋਂ ਰਕਤ ਬਿੰਦ ਕਰ ਨਿਮਿਆ, ਪਰਮਾਤਮਾ ਨੇ ਮਾਤਾ ਦੇ ਉਦਰ ਵਿੱਚ ਇਹ ਮਨੁੱਖ ਦੀ ਮੂਰਤ ਤਿਆਰ ਕਰ ਦਿੱਤੀ। ਭਾਵੇਂ ਕਾਰੀਗਰ ਜਿਹੜਾ ਜਿੰਨਾ ਮਰਜ਼ੀ ਸੋਹਣੀ ਮੂਰਤ ਤਿਆਰ ਕਰਦਾ, ਪਰ ਉਹਦੇ ਕੋਲ ਕੰਨਾਂ ਦੀ ਸਰੋਤ ਨਹੀਂ, ਉਹਦੇ ਕੋਲ ਵੇਖਣ ਵਾਲੀ ਇੰਨੀ ਤਾਕਤ ਨਹੀਂ ਕਿ ਮੈਂ ਮਨੁੱਖ ਨੂੰ ਵੇਖਣ ਦੀ ਤਾਕਤ ਦੇ ਸਕਾਂ। ਪਰਮਾਤਮਾ ਨੇ ਮਾਤਾ ਦੇ ਉਦਰ ਵਿੱਚ ਹੀ ਸਰੋਤ ਪੈਦਾ ਕੀਤੀ, ਅੱਖਾਂ ਪੈਦਾ ਕੀਤੀਆਂ, ਨੱਕ ਬਣਾਇਆ, ਸੁੰਦਰ ਸਰੀਰ ਤਿਆਰ ਕੀਤਾ, ਇਹੋ ਜਿਹਾ ਸਰੀਰ ਬਣਾ ਦਿੱਤਾ ਕਿ ਵੇਖ ਕੇ ਉਹਦੇ ਤੋਂ ਕੋਈ ਨਫ਼ਰਤ ਨਹੀਂ ਕਰਦਾ। ਰਮਈਆ ਕੇ ਗੁਣ ਚੇਤ ਪ੍ਰਾਣੀ ਕਮਰ ਮੂਲ ਤੇ ਕਮ ਦਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਘਾਰਿਆ, ਗਰਭ ਅਗਨ ਮੈਂ ਜਿਹਨੇ ਉਭਾਰਿਆ। ਮਨੁੱਖ ਐਡਾ ਵੀ ਜਿਹੜਾ ਪਰਮਾਤਮਾ ਨੂੰ ਕਦੇ ਯਾਦ ਨਹੀਂ ਕਰਦਾ, ਜਿਸ ਵਾਹਿਗੁਰੂ ਪਰਮਾਤਮਾ ਨੇ ਅਜਿਹੀ ਮੂਰਤ ਤਿਆਰ ਕਰ ਦਿੱਤੀ, ਉਹ ਹਰ ਥਾਂ 'ਤੇ ਵਾਹਿਗੁਰੂ ਪਰਮਾਤਮਾ ਰਮਿਆ ਹੋਇਆ, ਹਰ ਥਾਂ 'ਤੇ ਉਹਦੀ ਜੋਤ ਵਿਦਮਾਨ ਹੈ। ਫਿਰ ਵੀ ਅਸੀਂ ਝਗੜੇ ਬਖੇੜੇ ਪਾ ਕੇ ਬੈਠੇ ਹੋਏ ਹਾਂ, ਕਦੀ ਰਾਮ ਦੇ ਨਾਮ 'ਤੇ ਲੜਾਈਆਂ ਨੇ, ਕਦੀ ਅੱਲਾਹ ਦੇ ਨਾਂ 'ਤੇ ਲੜਾਈਆਂ ਨੇ, ਕੋਈ ਉਹਨੂੰ ਕਾਫਰ ਕਹਿੰਦਾ, ਕੋਈ ਉਹਨੂੰ ਕਹਿੰਦਾ, ਅਤੇ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਰਾਹੀਂ ਸਾਨੂੰ ਸਮਝਾ ਦਿੱਤਾ ਕਿ ਪਰਮਾਤਮਾ ਇੱਕ ਹੈ, ਹਰ ਥਾਂ 'ਤੇ ਰਮਿਆ ਹੋਇਆ। ਰਹਾਉ ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਜਲ 'ਤੇ ਭਿੰਨ ਨਾ ਹੋਈ। ਪਰਮਾਤਮਾ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ ਅਤੇ ਸਮੁੰਦਰ ਦੇ ਵਿੱਚੋਂ ਲਹਿਰਾਂ ਵੱਖਰੀਆਂ ਭਾਸਦੀਆਂ ਨੇ,
ਦੇਖਣ ਨੂੰ ਇਵੇਂ ਲੱਗਦੀਆਂ ਨੇ ਇਹ ਲਹਿਰਾਂ ਸਮੁੰਦਰ ਤੋਂ ਵੱਖਰੀਆਂ ਨੇ। ਜਦੋਂ ਸਮੁੰਦਰ ਸ਼ਾਂਤ ਹੋ ਜਾਂਦਾ, ਲਹਿਰਾਂ ਬਹਿ ਜਾਂਦੀਆਂ ਨੇ ਅਤੇ ਪਾਣੀ ਦਾ ਰੂਪ ਹੀ ਧਾਰਨ ਕਰ, ਸਮੁੰਦਰ ਦਾ ਰੂਪ ਧਾਰਨ ਕਰ ਲੈਂਦੀਆਂ ਨੇ। ਇਸੇ ਤਰ੍ਹਾਂ ਹੀ ਮਨੁੱਖ ਵੀ ਅੰਦਰ ਇਹਦੇ ਹਉਮੈ ਹੰਕਾਰ ਹੈ, ਆਪਣੇ ਤੋਂ ਮਨੁੱਖ ਪਰਮਾਤਮਾ ਨੂੰ ਵੱਖਰਾ ਸਮਝਦਾ ਕਿ ਪਰਮਾਤਮਾ ਵੱਖਰੇ ਥਾਂ 'ਤੇ ਹੈ। ਇਹਦੇ ਅੰਦਰ ਹੰਕਾਰ ਹੈ, ਹਉਮੈ ਹੈ, ਪਰ ਜਦੋਂ ਵਾਹਿਗੁਰੂ ਪਰਮਾਤਮਾ ਦੀ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਸਤਸੰਗਤ ਵਿੱਚ ਆਉਂਦਾ, ਤੈਨੂੰ ਪਤਾ ਲੱਗਦਾ ਕਿ ਵਾਹਿਗੁਰੂ ਪਰਮਾਤਮਾ ਹਰ ਥਾਂ 'ਤੇ ਰਮਿਆ ਹੋਇਆ ਹੈ। ਜਿਵੇਂ ਪਾਣੀ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ ਅਤੇ ਸ਼ਾਂਤ ਹੋ ਜਾਂਦੀਆਂ ਨੇ, ਵੇਖਣ ਨੂੰ ਵੱਖਰੀਆਂ ਲੱਗਦੀਆਂ ਨੇ, ਤਿਵੇਂ ਹੀ ਇਹ ਦੇਖਦਾ ਆ ਜਗਤ ਤਮਾਸ਼ਾ ਜਿਹੜਾ, ਜਲ ਤਰਾਂਗਰ ਫੇਨ ਬੁੱਧ ਬੁੱਧਾ ਜਲ 'ਤੇ ਭਿੰਨ ਨਾ ਹੋਈ, ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਣ ਨਾ ਹੋਈ। ਇਹ ਜਿਹੜਾ ਵੀ ਜਿੰਨਾ ਵੀ ਅਸੀਂ ਜਗਤ ਤਮਾਸ਼ਾ ਆਪਣੀਆਂ ਅੱਖਾਂ ਨਾਲ ਦੇਖਦੇ ਪਏ ਹਾਂ, ਸਾਰਾ ਸੰਸਾਰ ਵੇਖਦੇ ਪਏ ਹਾਂ, ਇਹ ਸਾਰੀ ਪਰਮਾਤਮਾ ਦੀ ਰਚੀ ਹੋਈ ਖੇਡ ਹੈ। ਇਹ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਪਰਮਾਤਮਾ ਹੈ, ਅਤੇ ਕਿਤੇ ਅੰਦਰ ਵਿਚਾਰ ਕੇ ਅੰਦਰ ਨੂੰ ਖੋਜ ਕੇ ਵੇਖਿਆ ਜਾਵੇ, ਗੁਰੂ ਦੇ ਸ਼ਬਦ ਨਾਲ ਜੁੜ ਕੇ, ਅਤੇ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਵੀ ਐਸੀ ਰੂਹ ਨਹੀਂ, ਐਸਾ ਹਿਰਦਾ ਨਹੀਂ, ਐਸਾ ਕੋਈ ਮਨੁੱਖ ਨਹੀਂ ਜਾਂ ਜੀਵ ਜੰਤੂ ਨਹੀਂ ਜਿੱਥੇ ਪਰਮਾਤਮਾ ਵਿਦਮਾਨ ਨਹੀਂ ਹੈ। ਪਰਮਾਤਮਾ ਹਰ ਦੇ ਹਿਰਦੇ ਵਿੱਚ ਸਮਾਇਆ ਹੋਏ ਹੈ। ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਮਿਥਿਆ ਦਾ ਭਾਵ ਹੈ ਝੂਠਾ। ਸਤਿਗੁਰੂ ਜੀ ਬਖਸ਼ ਭਗਤ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਇਹ ਸੰਸਾਰ ਦਾ ਜਗਤ ਤਮਾਸ਼ਾ ਜੋ ਵੀ ਅਸੀਂ ਵੇਖਦੇ ਪਏ ਹਾਂ, ਕੇਵਲ ਤਾਂ ਕੇਵਲ ਉਸ ਵਾਹਿਗੁਰੂ ਨੂੰ ਛੱਡ ਕੇ ਮਨੁੱਖ ਨੇ ਸੰਸਾਰ ਦੇ ਨਾਲ ਨੇਹ ਲਾਇਆ ਹੋਇਆ, ਸੰਸਾਰ ਨਾਲ ਜੁੜਿਆ ਹੋਇਆ। ਇਹ ਪਰਪੰਚ ਵੇਖ ਕੇ ਜੀਵਾਂ ਦਾ ਗਲਤ ਖਿਆਲ ਬਣ ਜਾਂਦਾ ਹੈ, ਇਹ ਸਾਡਾ ਸਾਥ ਨਿਭਣ ਵਾਲਾ ਹੈ, ਪਰ ਇੱਥੇ ਕੋਈ ਵੀ ਸਾਥ ਨਿਭਾਉਣ ਵਾਲਾ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਬਚਨ ਪੜ੍ਹਦਿਆਂ, ਕੋਈ ਜਾਣੇ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ। ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ, ਪਰ ਮਨੁੱਖ ਨੇ ਸੰਸਾਰ ਦੇ ਨਾਲ ਇਹ ਲਾਇਆ ਹੋਇਆ, ਪਰਮਾਤਮਾ ਨੂੰ ਛੱਡ ਕੇ ਸੰਸਾਰ ਨਾਲ ਜੁੜਿਆ ਹੋਇਆ, ਨਿਰੰਕਾਰ ਨੂੰ ਛੱਡ ਕੇ। ਅਤੇ ਸਤਿਗੁਰੂ ਜੀ ਬਚਨ ਕਰਕੇ ਸੁਣਦੇ ਨੇ, ਇੱਥੇ ਕੋਈ ਸਾਥ ਨਿਭਾਉਣ ਵਾਲਾ ਨਹੀਂ, ਨਾ ਸਾਥ ਨਿਭਣ ਵਾਲਾ ਕੋਈ ਐਸਾ ਮਿੱਤਰ ਨਹੀਂ ਹੈ, ਪਰ ਜਿਹਦੇ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਹਨੂੰ ਇਹ ਸਮਝ ਪੈ ਜਾਂਦੀ ਹੈ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ, ਉਹਦੀ ਜੀਵਨ ਜੁਗਤ ਪਵਿੱਤਰ ਹੋ ਜਾਂਦੀ ਹੈ,
ਕਿ ਇੱਥੇ ਅਸਲੀ ਮਿੱਤਰ ਕਿਹੜਾ, ਉਹ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਦੇ ਨਾਲ ਜੁੜਿਆ ਰਹਿੰਦਾ। ਅਤੇ ਅੱਗੇ ਬਚਨ ਕਰਦੇ ਨੇ ਸਤਿਗੁਰੂ ਜੀ, ਮਾਤ ਪਿਤਾ ਭਾਈ ਅਰ ਬੰਧਪ, ਮਾਤ ਪਿਤਾ ਸੁੱਤ ਅਰ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਕ ਵੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਮਾਤਾ ਪਿਤਾ, ਸੱਜਣ ਮਿੱਤਰ, ਸਾਕ ਸੰਬੰਧੀ, ਇਹ ਕੇਵਲ ਤਾਂ ਕੇਵਲ ਪੂਰਵਲੇ ਸੰਜੋਗਾਂ ਕਰਕੇ ਇਹਨਾਂ ਦਾ ਮਿਲਾਪ ਹੋਏ ਹੈ, ਪਰ ਇਹ ਨਹੀਂ ਕਿ ਅਸੀਂ ਮਾਤਾ ਪਿਤਾ ਤੋਂ, ਭੈਣ ਭਰਾਵਾਂ ਤੋਂ ਨਫ਼ਰਤ ਕਰਨੀ ਹੈ। ਸੰਸਾਰ ਵਿੱਚ ਰਹਿ ਕੇ ਨਿਰੰਕਾਰ ਦੇ ਨਾਲ ਜੁੜਨਾ ਹੈ, ਪਰਮਾਤਮਾ ਦੇ ਨਾਲ ਜੁੜਨਾ, ਜਿਹੜਾ ਹਰ ਥਾਂ 'ਤੇ ਰਮਿਆ ਹੋਇਆ, ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਰਿਜਕ ਦੇਣ ਵਾਲਾ, ਸਾਰਿਆਂ ਦੀ ਸੰਭਾਲ ਕਰਦਾ, ਸਾਸ ਸਾਸ ਪਤਪਾਲ ਦਾ, ਜਿਹੜਾ ਸਾਰਿਆਂ ਨੂੰ ਸਵਾਸ ਸਵਾਸ ਦੇ ਨਾਲ ਪਾਲਣਾ ਕਰਦਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣੇ ਆ, ਇਹ ਸੰਸਾਰ ਝੂਠਾ, ਇਹ ਜਗਤ ਜੋੜ ਅੱਖਾਂ ਨਾਲ ਅਸੀਂ ਦੇਖਦੇ ਪਏ ਹਾਂ, ਇਹ ਦੇਖਦਾ ਸੰਸਾਰ ਸਭ ਝੂਠਾ, ਇਹ ਜਿੰਨੇ ਪਦਾਰਥ ਨੇ ਝੂਠੇ ਨੇ, ਪਰ ਮਨੁੱਖ ਉਸ ਸੱਚ ਨੂੰ ਛੱਡ ਕੇ ਇਹਨਾਂ ਸੱਤ ਨਾਲ ਜੁੜਿਆ ਹੋਇਆ ਕਿ ਇਹ ਸੰਸਾਰ ਸਦਾ ਰਹਿਣ ਵਾਲਾ, ਇਹ ਪਦਾਰਥ ਸਦਾ ਰਹਿਣ ਵਾਲੇ। ਭਗਤ ਨਾਮਦੇਵ ਜੀ ਕਹਿੰਦੇ ਨੇ, ਇਹ ਜਿੰਨੇ ਵੀ ਪਦਾਰਥ ਨੇ ਸਭ ਝੂਠੇ ਨੇ, ਸੰਸਾਰ ਝੂਠਾ ਮਿੱਥਿਆ। ਸੋ ਕਿਰਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨੇ ਆ। ਇਹ ਮਨੁੱਖ, ਇਹੋ ਪਦਾਰਥ ਇਵੇਂ ਨੇ ਜਿਵੇਂ ਸੁਪਨੇ ਦੇ ਵਿੱਚ ਮਨੁੱਖ ਕਈ ਕੁਝ ਵੇਖਦਾ, ਕਿਤੇ ਰਾਜਾ ਬਣਿਆ ਹੁੰਦਾ, ਕਿਤੇ ਭਿਖਾਰੀ ਬਣ ਜਾਂਦਾ, ਅਤੇ ਜਦੋਂ ਸੁਪਨਾ ਹੁੰਦਾ ਤਾਂ ਫਿਰ ਵੇਖਦਾ ਮੈਂ ਤਾਂ ਉਹੀ ਹਾਂ ਜੋ ਪਹਿਲਾਂ ਸੀ, ਇੱਕ ਸੁਪਨੇ ਦੀ ਤਰ੍ਹਾਂ। ਪਰ ਜੀਵਾਂ ਨੂੰ ਇਹ ਸਦਾ ਆਪਣੇ ਨਾਲ ਟਿੱਕੇ ਰਹਿਣ ਵਾਲੇ ਸਮਝ ਲਿਆ ਜੀਵਾਂ ਨੇ, ਇਸ ਪਦਾਰਥਾਂ ਨੂੰ, ਸੰਸਾਰ ਨੂੰ। ਜਿਸ ਮਨੁੱਖ 'ਤੇ ਗੁਰੂ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਉਹਨੂੰ ਇਹ ਸੋਝੀ ਬਖਸ਼ਦਾ, ਉਹ ਇਸ ਵਹਿਮ 'ਚੋਂ ਜਾਗ ਪੈਂਦਾ, ਉਹਨੂੰ ਇਹ ਸਮਝ ਪੈ ਜਾਂਦੀ ਹੈ, ਉਹਦੇ ਮਨ ਨੂੰ ਤਸੱਲੀ ਆ ਜਾਂਦੀ ਹੈ ਕਿ ਇਹ ਜਿੰਨੇ ਵੀ ਪਦਾਰਥ ਨੇ, ਇਹ ਸੰਸਾਰ ਹੈ, ਸਭ ਕੁਝ ਮਿੱਥਿਆ ਝੂਠਾ, ਇਹ ਕੋਈ ਨਾਲ ਨਿਭਲਣ ਵਾਲਾ ਨਹੀਂ। ਸੰਸਾਰ ਨੂੰ ਛੱਡ ਕੇ ਕੇਵਲ ਤਾਂ ਕੇਵਲ ਮਨੁੱਖ, ਜਿਹਦੇ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਨਿਰੰਕਾਰ ਨਾਲ ਜੁੜਦਾ, ਇੱਕ ਨਾਲ ਜੁੜਦਾ, ਇੱਕੋ ਦੇ ਬਚਨਾਂ ਨਾਲ ਜੁੜਦਾ। ਤਾਂ ਹੀ ਸਤਿਗੁਰੂ ਬਚਨ ਕਰਦੇ ਨੇ, ਏਕੋ ਹੈ ਭਾਈ ਏਕੋ ਹੈ, 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 ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ,
ਇਸ ਕਰਕੇ ਇੱਕ ਦੇ ਨਾਲ ਜੁੜੀਏ ਜਿਹੜਾ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ, ਇੱਧਰ ਉੱਧਰ ਦੀ ਝਾਕ ਛੱਡ ਕੇ ਪਰਾਈ ਝਾਕ ਅਤੇ ਪਰਾਈ ਧਾਕ ਵਾਲਾ ਬੰਦਾ ਬੜੀ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ। ਜਦੋਂ ਇੱਕੋ 'ਤੇ ਝਾਕ ਰੱਖਾਂਗੇ, ਇੱਕੋ ਨਾਲ ਜੁੜਾਂਗੇ, ਅਤੇ ਸਤਿਗੁਰੂ ਆਪ ਹੀ ਆਪਣੇ ਸੇਵਕ ਦੀ ਰੱਖਿਆ ਕਰਦਾ, ਪਰਮਾਤਮਾ ਆਪਣੇ ਸੇਵਕ ਦੀ ਆਪ ਪਾਲਣਾ ਕਰਦਾ। ਅਖੀਰ ਅੰਦਰ ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਭਗਤ ਨਾਮਦੇਵ ਜੀ ਅਖੀਰ ਅੰਦਰ ਇਹ ਬਚਨ ਕਰਦੇ ਨੇ, ਕਹਿੰਦੇ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੇ ਦੇਖ ਲਵੋ, ਇਹ ਸਾਰੀ ਹੀ ਖੇਡ ਵਾਹਿਗੁਰੂ ਪਰਮਾਤਮਾ ਦੀ ਰਚੀ ਹੋਈ ਹੈ। ਸਭ ਕੁਛ ਬਣਾਉਣ ਵਾਲਾ, ਸਾਰੇ ਗੁਰੂ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਹ ਵਾਹਿਗੁਰੂ ਪਰਮਾਤਮਾ ਆਪ ਹੈ। ਇੱਕ ਹੋ ਕੇ ਵੀ ਉਹ ਸਾਰਿਆਂ ਦੀ ਪ੍ਰਤਪਾਲਣਾ ਕਰ ਰਹੇ ਹੈ, ਸਾਰਿਆਂ ਦੀ ਸੰਭਾਲ ਕਰ ਰਹੇ ਹੈ। ਅਤੇ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਘੱਟ ਘੱਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ, ਮੁਰਾਰੀ ਉਹ ਵਾਹਿਗੁਰੂ ਪਰਮਾਤਮਾ। ਹਰ ਹਿਰਦੇ ਵਿੱਚ, ਹਰ ਹਿਰਦੇ ਰੂਪੀ ਘੱਟ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਸਦਾ ਵਾਸਤੇ ਸਮਾਇਆ ਹੋਇਆ, ਸਾਰੇ ਹਿਰਦਿਆਂ ਵਿੱਚ ਵੱਸਦਾ। ਇਸ ਕਰਕੇ ਅਸੀਂ ਸਾਰੀ ਸ੍ਰਿਸ਼ਟੀ ਦੇ ਵਿੱਚੋਂ, ਸਾਰੀ ਲੁਕਾਈ ਦੇ ਵਿੱਚੋਂ ਉਹ ਵਾਹਿਗੁਰੂ ਪਰਮਾਤਮਾ ਨੂੰ ਦੇਖੀਏ, ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝੀਏ, ਕਿਸੇ 'ਤੇ ਕੋਈ ਕਸ਼ਟ ਆਇਆ, ਦੁੱਖ ਆਇਆ, ਉਹਦੇ ਦੁੱਖ ਸੁੱਖ ਦੇ ਭਾਈਵਾਲ ਬਣੀਏ, ਤਾਂ ਹੀ ਸਾਨੂੰ ਸਮਝ ਪਏਗੀ ਕਿ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ, ਪਰਮਾਤਮਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਵਾਹਿਗੁਰੂ ਪਰਮਾਤਮਾ ਹੈ। ਅਤੇ ਜਦੋਂ ਸਾਡੇ ਅੰਦਰ ਐਸੀ ਭਾਵਨਾ ਬਣ ਜਾਵੇਗੀ, ਇਹ ਭਾਵਨਾ ਉਦੋਂ ਬਣਦੀ ਹੈ ਜਦੋਂ ਇਹ ਸਤ ਸੰਗਤ ਵਿੱਚ ਆ ਕੇ ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਹਾਂ, ਗੁਰੂ ਦੇ ਸ਼ਬਦ ਨਾਲ ਜੁੜਦੇ ਹਾਂ। ਫਿਰ ਸਤਿਗੁਰੂ ਜਿਵੇਂ ਸਭਨਾਂ ਦਾ ਭਲਾ ਮਨਾਏਂਦਾ, ਤਿਹਦਾ ਬੁਰਾ ਕਿਉਂ ਹੋਏ, ਸਤਿਗੁਰ ਨੂੰ ਜਿਹਾ ਕੋ ਇਛਦਾ ਤਿਹਾ ਫਲ ਪਾਏ ਕੋਏ। ਗੁਰੂ ਦੇ ਚਰਨਾਂ ਵਿੱਚ ਆ ਕੇ ਅਸੀਂ ਇਹੀ ਅਰਦਾਸ ਕਰੀਏ, ਸਤਿਗੁਰੂ ਜੀ ਸਾਡੇ 'ਤੇ ਵੀ ਕਿਰਪਾ ਕਰ, ਮੇਲ ਲਿਓ ਦਿਆਲ ਢਹਿ ਪਏ ਦੁਆਰੇ ਆ, ਰੱਖ ਲਿਓ ਦੀਨ ਦਿਆਲ ਭਰਮਤ ਬੁਹਾਰੇ ਆ। ਸ਼ਬਦ ਦੀ ਵਿਚਾਰ ਕਰਦਿਆਂ ਦਾਸਰੇ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਅਤੇ ਗੁਰੂ ਸਾਹਿਬਾਂ ਦੀ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਦਾਸ ਦੀ ਝੋਲੀ ਵਿੱਚ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਲੈਣਾ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।